FM 95 ਪੰਜਾਬ ਰੰਗ ਰੰਗ ਜ਼ਿੰਦਗੀ ਦੇ ਸੁਰ ਸਿਤਾਰੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਾਂਗੇ ਆਸਫ ਜਵੇਦ ਸਾਹਿਬ ਤੇ ਮੈਂ ਸਾਡੇ ਪਾਕਿਸਤਾਨ ਤੋਂ ਆਵਾਜ਼ ਇੱਕ ਬਹੁਤ ਅੱਛੀ ਆਵਾਜ਼ ਉੱਠੀ ਜਿਹਨੇ ਬਹੁਤ ਗਾਇਆ ਮੈਂ ਜਿਹੜੇ ਮੇਰੇ ਜਨਰੇਸ਼ਨ ਨੇ ਅੱਜ ਦੀ ਉਹਨਾਂ ਨੂੰ ਰਿਵਾਈਜ਼ ਕਰਾਉਣਾ ਚਾਹੁੰਦਾ ਕਿ ਜਿਹੜੇ ਸਾਡੇ ਨਵੇਂ ਸਿੰਗਰ ਨੇ ਰੀਮਿਕਸ ਕਰਕੇ ਉਹਨਾਂ ਨੂੰ ਸੁਣਦੇ ਵੀ ਰਹੇ ਅਤੇ ਅਜੇ ਵੀ ਸੁਣ ਰਹੇ ਨੇ ਕਿਉਂਕਿ ਆਰਟਿਸਟ ਕਦੇ ਨਹੀਂ ਮਰਦਾ ਆਰਟਿਸਟ ਹਮੇਸ਼ਾ ਆਪਣੇ ਫਨ ਦੇ ਜ਼ਰੀਏ ਹਮੇਸ਼ਾ ਜ਼ਿੰਦਾ ਰਹਿੰਦਾ ਅਤੇ ਅਸੀਂ ਉਹਨਾਂ ਨੂੰ ਅੱਜ ਫਿਰ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਬੈਠੇ ਹਾਂ ਜੀ ਮੈਂ ਗਲੂਕਾਰ ਸਾਡੇ ਲੇਜੈਂਡ ਮਸੂਦ ਰਾਣਾ ਸਾਹਿਬ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਗੱਲ ਕਰਾਂਗੇ ਉਹਨਾਂ ਦੇ ਅੱਜ ਭਰਾ ਵੀ ਉਹਨਾਂ ਨੂੰ ਬੁਲਾਇਆ ਉਹਨਾਂ ਦੇ ਦੋਸਤ ਬੁਲਾਇਆ ਆਸਫ ਜਵੇਦ ਸਾਹਿਬ ਵੀ ਉਹਨਾਂ ਦੇ ਹਵਾਲੇ ਨਾਲ ਗੱਲ ਕਰਾਂਗੇ ਕਿਉਂਕਿ ਇਹਨਾਂ ਦੇ ਸਾਥੀ ਨੇ ਪੁਰਾਣੇ ਸਾਥੀ ਨੇ ਮੇਰੇ ਸੀਨੀਅਰ ਨੇ ਆਸਫ ਜਵੇਦ ਸਾਹਿਬ ਅਤੇ ਆਸਫ ਜਵੇਦ ਸਾਹਿਬ ਤੁਸੀਂ ਉਹਨਾਂ ਦੇ ਨਾਲ ਬਹੁਤ ਸਾਰਾ ਕੰਮ ਕੀਤਾ ਰਾਣਾ ਸਾਹਿਬ ਦੇ ਨਾਲ ਤੁਸੀਂ ਬੜੇ ਪ੍ਰੋਗਰਾਮ ਵੀ ਕੀਤੇ ਤੇਰੇ ਕੁਛ ਕੋਈ ਗੱਲਾਂ ਆਪਣੀਆਂ ਸੁਣਾਓ ਅਨਵਰ ਸਾਹਿਬ ਮਸੂਦ ਰਾਣਾ ਸਾਹਿਬ ਲੈਜੈਂਡ ਜ਼ਰੂਰ ਨੇ ਲੇਕਿਨ ਉਹਨਾਂ ਜਿਸ ਵੇਲੇ ਪੰਜਾਬੀ ਗਾਣੇ ਉਹਨਾਂ ਗਾਣੇ ਸ਼ੁਰੂ ਕੀਤੇ ਨਾ ਤਾਂ ਪਹਿਲਾ ਹੀ ਗਾਣਾ ਉਹਨਾਂ ਜਿਹੜਾ ਸੁਪਰ ਹਿੱਟ ਹੋਇਆ ਟਾਂਗੇ ਵਾਲਾ ਖੈਰ ਮੰਗਦਾ ਅਤੇ ਉਹਨਾਂ ਮੱਤ ਮਾਰ ਦਿੱਤੀ ਗਾ ਕੇ ਅਤੇ ਸਾਰੇ ਫਿਰ ਉਹਨਾਂ ਪਿੱਛੇ ਟੁਰ ਪਏ ਅਤੇ ਰਹੀ ਦੋਸਤੀ ਤਾਂ ਇੱਕ ਸਾਡਾ ਇੱਕ ਗੁਲਦਸਤਾ ਸੀ ਸਿੰਗਰਾਂ ਦਾ ਸਹੀ ਜਿਹਦੇ 'ਚ ਉਹ ਵੀ ਇੱਕ ਨਗ ਸਨ ਬਿਲਕੁਲ ਮੁਨੀਰ ਸੈਨ ਸਾਹਿਬ ਰੁਸ਼ਦੀ ਸਾਹਿਬ ਰਾਣਾ ਸਾਹਿਬ ਸ਼ੌਕਤ ਅਲੀ ਪਰਵੇਜ਼ ਮਹਿੰਦੀ ਰਜਬ ਅਲੀ ਮਹਿਦੀ ਸਾਹਿਬ ਮੈਡਮ ਨੂਰ ਜਾਂ ਮਾਲਾ ਬੇਗਮ ਮਤਲਬ ਇੱਕ ਬਹੁਤ ਵੱਡਾ ਜ਼ੰਜੀਰ ਸੀ ਬੜਾ ਅੱਛਾ ਤੁਸੀਂ ਬੜਾ ਖੂਬਸੂਰਤ ਅਤੇ ਹੁਣ ਵੀ ਉਹਨਾਂ ਨੂੰ ਕਿਸੇ ਨੇ ਯਾਦ ਕਰੀਏ ਅਤੇ ਅੱਖਾਂ 'ਚ ਆਂਸੂ ਆ ਜਾਂਦੇ ਨੇ ਉਹਨਾਂ ਦੀ ਜਿਸ ਵੇਲੇ ਡੈਥ ਹੋਈ ਹੈ ਅਤੇ ਰਾਤੀ ਅਸੀਂ ਇਕੱਠੇ ਸਾਂ ਇੱਕ ਮੰਗਲ ਨੂੰ ਮੁਨੀਰ ਸੈਨ ਸਾਹਿਬ ਦੀ ਡੈਥ ਸੀ ਹੋਈ ਹੈ ਅਤੇ ਉੱਥੇ ਅਸੀਂ ਬੈਠੇ ਸਾਂ ਉਹਨਾਂ ਦੇ ਕੁਲਾਂ 'ਤੇ ਅਤੇ ਰਾਣਾ ਸਾਹਿਬ ਕਹਿਣ ਲੱਗੇ ਯਾਰ ਆਸਿਫ ਅਬ ਜੀ ਨਹੀਂ ਚਾਹਤਾ ਜੀਨੇ ਕੋ ਯਾਰ ਮੁਨੀਰ ਸੈਨ ਮਰ ਗਿਆ ਤਾਂ ਅਗਲੇ ਮੰਗਲ ਰਾਣਾ ਸਾਹਿਬ ਦੀ ਡੈਥ ਹੋ ਗਈ ਇੱਕੋ ਦਿਨ ਦੋਵਾਂ ਦੋਸਤਾਂ ਨੂੰ ਆਇਆ ਬੜੇ ਪੱਕੇ ਯਾਰ ਸਨ ਬੜੇ ਪੱਕੇ ਯਾਰ ਰਾਤ ਸ਼ਾਮ ਇਕੱਠਿਆਂ ਹਰ ਵਕਤ ਸਟੂਡੀਓ ਇਕੱਠਿਆਂ ਹੋਣਾ ਮੇਰੇ ਨਾਲ ਵੀ ਗਾਣਾ ਰਾਣਾ ਸਾਹਿਬ ਨੇ ਬਹੁਤ ਗਾਣੇ ਗਾਏ ਤਾਂ ਬਸ ਗੱਲਾਂ ਹੀ ਰਹਿ ਗਈਆਂ ਨੇ ਬਾਕੀ ਕੰਮ ਉਹਨਾਂ ਇੰਨਾ ਕੁ ਕੀਤਾ ਹੈ ਕਿ ਉਹ ਭੁੱਲ ਨਹੀਂ ਸਕਦੇ ਔਰ ਦੁਨੀਆਂ ਅੱਜ ਤੱਕ ਉਹਨਾਂ ਨੂੰ ਗਾ ਰਹੀ ਹੈ ਅਤੇ ਅੱਜ ਅਸਾਂ ਉਹਨਾਂ ਦੇ ਇਸੇ ਹਵਾਲੇ ਨਾਲ ਮੇਰੇ ਮਹੱਲੇਦਾਰ ਵੀ ਨੇ ਮੈਂ ਵੀ ਦੱਸ ਸਕਣਾ ਸਮਨਾਬਾਦ ਦੇ ਰਾਣਾ ਸਾਹਿਬ ਦੇ ਛੋਟੇ ਭਾਈ ਨੇ ਖਾਲਦ ਰਾਣਾ ਸਾਹਿਬ ਅਤੇ ਮੈਂ ਖਾਲਦ ਰਾਣਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਰਾਣਾ ਸਾਹਿਬ ਨਾਲ ਤੁਸੀਂ ਕਿਸ ਤਰ੍ਹਾਂ ਸਿੰਧ 'ਚੋਂ ਪੰਜਾਬ ਵਿੱਚ ਆਏ ਤਾਂ ਤੁਸੀਂ ਆਪਣੇ ਲਫਜ਼ਾਂ ਨਾਲ ਆਪ ਦੱਸੋ ਸਾਨੂੰ ਸਿੰਧ 'ਚੋਂ ਮੀਰਪੁਰ ਖਾਸ 'ਚੋਂ ਅਸੀਂ ਗਏ ਕਰਾਚੀ ਜੀ ਕਰਾਚੀ 'ਚ ਉਹਨਾਂ ਨੇ ਮਤਲਬ ਮੇਰਾ ਇੱਕ ਸ਼ੌਕ ਤਾਂ ਉਹਨਾਂ ਨੂੰ ਹੈਗਾ ਸੀ ਰੇਡੀਓ ਤੋਂ ਕਰਾਚੀ ਰੇਡੀਓ ਸਟੇਸ਼ਨ 'ਤੇ ਗਾਣੇ ਗਾਏ ਨੇ ਗਜ਼ਲਾਂ ਗਾਈਆਂ ਨੇ ਉਹਦੇ ਬਾਅਦ ਇਹਨਾਂ ਨੇ ਗਾਣਾ ਗਾਇਆ ਜਦੋਂ ਅਯੂਬ ਖਾਨ ਸਾਹਿਬ ਦੀ ਹਕੂਮਤ ਸੀ ਮਾਸ਼ਾਅੱਲਾ ਉਹਨਾਂ ਨੇ ਗਾਣਾ ਗਾਇਆ ਸੀ ਆਇਆ ਅਯੂਬ ਹਮਾਰਾ ਉਲਫਤ ਕਾ ਪੈਗਾਮ ਲਈ ਬਸ ਉਹ ਗਾਣਾ ਗਾਣਾ ਸੀ ਅਤੇ ਉੱਥੇ ਦੀਪੂ ਭੱਟਾਚਾਰੀ ਸਾਹਿਬ ਵੀ ਸਨ ਇਕਬਾਲ ਸ਼ਹਿਜ਼ਾਦ ਇਕਬਾਲ ਸਾਹਿਬ ਵੀ ਸਨ ਉਹਨਾਂ ਨੇ ਇਹਨਾਂ ਨੂੰ ਆਪਣੇ ਕੋਲ ਆਪਣੀ ਫਿਲਮਾਂ ਦੇ ਗਾਣੇ ਗਵਾਏ ਉਹਦੇ 'ਚ ਬੰਜਾਰਾ ਨੇ ਬੇਟੀ ਹੈ ਸ਼ਰਾਰਤ ਹੈ ਬਦਨਾਮ ਹੈ ਉਹ ਤੋਂ ਫਿਰ ਕਰਦੇ ਕਰਦੇ ਉਹ ਲਾਹੌਰ ਆ ਗਏ ਨੇ ਸ਼ਹਿਜ਼ਾਦ ਸਾਹਿਬ ਲਾਹੌਰ ਆਏ ਦੀਪੂ ਸਾਹਿਬ ਵੀ ਆ ਗਏ ਅਤੇ ਭਜਨ ਵੀ ਆ ਗਏ ਉਹ ਆ ਕੇ ਇੱਥੇ ਕ੍ਰਿਸ਼ਨ ਨਗਰ ਖੰਨਾ ਬਿਲਡਿੰਗ 'ਚ ਉਹਨਾਂ ਦੀ ਸ਼ਹਿਜ਼ਾਦ ਸਾਹਿਬ ਦੀ ਬਿਲਡਿੰਗ ਸੀ ਉਹਨਾਂ ਨੇ ਉੱਥੇ ਰਹੇ ਉਹ ਤੋਂ ਫਿਰ ਅਹਿਮਦ ਰੁਸ਼ਦੀ ਅਤੇ ਅਹਿਮਦ ਰੁਸ਼ਦੀ ਸਾਹਿਬ ਵੀ ਉੱਥੇ ਰਹਿੰਦੇ ਸਨ ਹਾਂ ਰੁਸ਼ਦੀ ਸਾਹਿਬ ਵੀ ਉੱਥੇ ਰਹਿੰਦੇ ਸਨ ਕ੍ਰਿਸ਼ਨ ਨਗਰ 'ਚ ਹਾਂ ਕ੍ਰਿਸ਼ਨ ਨਗਰ ਅਤੇ ਉਹਦੇ ਬਾਅਦ ਫਿਰ ਇਹਨਾਂ ਦਾ ਮੇਲ ਹੋਇਆ ਗਾਣਾ ਬਾਬਾ ਜੀ ਚਿਸ਼ਤੀ ਸਾਹਿਬ ਦਾ ਉਹ ਕਿਸ ਤਰ੍ਹਾਂ ਮਿਲੇ ਬਾਬਾ ਜੀ ਨਾਲ ਉਹ ਬਾਬਾ ਜੀ ਨੂੰ ਕਹਿੰਦੇ ਸਨ ਮੈਂ ਗਾਣਾ ਗਾਣਾ ਹੈ ਉਹ ਕਹਿੰਦੇ ਨੇ ਤੂੰ ਕਿੱਥੋਂ ਆਇਆ ਤੂੰ ਕਿਹੜੇ ਪਿੰਡ ਦਾ ਪਿੱਛੋਂ ਉਹਨਾਂ ਨੇ ਦੱਸਿਆ ਆਪਣਾ ਪਿੱਛੇ ਜਲੰਧਰ ਗੁਣਾਚੌਰ ਉਹਨੇ ਕਿਹਾ ਤੂੰ ਕਿਹਦਾ ਪੁੱਤਰ ਹੈ ਉਹਨੇ ਕਿਹਾ ਜੀ ਫਲਾਣੇ ਦਾ ਤੇਰੇ ਦਾਦੇ ਦਾ ਨਾਂ ਹੈ ਰਾਜਾ ਖਾਂ ਉਹਨੇ ਕਿਹਾ ਮੈਂ ਤੇਰੇ ਕੋਲ ਨਹੀਂ ਗਾਉਣਾ ਤੂੰ ਆਪਣੇ ਬਾਪ ਨੂੰ ਬੁਲਾ ਬਾਪ ਨੂੰ ਕਿਵੇਂ ਬੁਲਾਇਆ ਬਾਪ ਨੇ ਤਾਂ ਉਹਦਾ ਚੁੱਕੇ ਬਿਸਤਰ ਬਾਹਰ ਕੱਢਿਆ ਕਿ ਚੱਲ ਦੌੜਦੇ ਮੇਰੇ ਘਰ 'ਚ ਬੁਲਾਉਣ ਵਾਲਾ ਕੋਈ ਨਹੀਂ ਸੀ ਬਿਲਕੁਲ ਬਿਲਕੁਲ ਉਹਨੂੰ ਤਾਂ ਆਪਣਾ ਇੱਕ ਸ਼ੌਕ ਸੀ ਲੱਗਾ ਸੀ ਬਚਪਨ 'ਚ ਲੱਗਾ ਉਹ ਬਾਬਾ ਜਿਸ ਨੇ ਬਿਸਤਰ ਚੁੱਕ ਕੇ ਬਾਹਰ ਸੁੱਟਿਆ ਬੇਚਾਰਾ ਬਿਸਤਰ ਸਮੇਟਿਆ ਅਤੇ ਹੈਦਰਾਬਾਦ ਤੋਂ ਕਰਾਚੀ ਚਲਾ ਗਿਆ
ਇੱਕ ਦੋਸਤ ਦੀ ਦੁਕਾਨ ਸੀ ਉਹਦੀ ਡਰੈਕਲਿੰਗ ਦੀ ਕਰਾਚੀ ਪਾਕਿਸਤਾਨੀ ਚੌਂਕ 'ਚ, ਉੱਥੇ ਹੀ ਉਹ ਸੁਣਦਾ ਸੀ, ਉੱਥੇ ਹੀ ਉਹ ਆਪਣੇ ਸ਼ੌਕ ਪੂਰਾ ਕਰਦਾ ਸੀ, ਯਾਰਾਂ ਦੋਸਤਾਂ 'ਚ ਬਹਿ ਕੇ ਗਾਣੇ ਗਾਣੇ ਅਤੇ ਕਰਦੇ ਕਰਦੇ ਬਸ ਫਿਰ ਅੱਲਾ ਮੀਆਂ ਨੇ ਬਿਲਕੁਲ ਜੀ ਬਿਲਕੁਲ ਜੀ ਇਸ ਤਰ੍ਹਾਂ ਹੀ ਬਾਬਾ ਜੀ ਐਚ ਸੀ ਸਾਹਿਬ ਨੇ ਫਿਰ ਬਾਲਾ ਸਾਹਿਬ ਨੂੰ ਬੁਲਾਉਣਾ ਪਿਆ, ਫਿਰ ਅਸੀਂ ਮਿੰਨਤਾਂ ਤਰਲੇ ਕੀਤੇ, ਬਾਲਾ ਸਾਹਿਬ ਤਾਂ ਮੰਨਦੇ ਨਹੀਂ ਸਨ, ਉਹ ਮਾਂ ਨੇ ਸਮਝਾਇਆ ਕਿ ਚਲੋ ਹੁਣ ਉਹ ਟੁਰ ਜਾਓ ਪਿਆ ਜਾਓ, ਉਹ ਆਇਆ ਲਾਹੌਰ, ਬਾਪ ਸਾਡਾ ਲਾਹੌਰ ਆਇਆ ਅਤੇ ਫਿਰ ਆ ਕੇ ਉਹਨੇ ਫਿਰ ਬਾਬਾ ਜੀ, ਬਾਬਾ ਜੀ ਕਹਿੰਦੇ ਮੈਂ ਜਵਾਨ ਹੋ ਗਿਆ, ਮੇਰਾ ਪੁਰਾਣੇ ਸਾਥੀ ਮਿਲ ਗਏ, ਹੁਣ ਮੈਂ ਗਾਣਾ ਗਾਵਾਂਗੇ। ਫਿਰ ਉਹਨਾਂ ਨੇ ਟਾਂਗੇ ਵਾਲਾ ਖੈਰ ਮੰਗਦਾ, ਫਿਰ ਬੜੀ ਫਿਲਮ ਜਿੰਨੀਆਂ ਬਾਬਾ ਜੀ ਦੀਆਂ ਫਿਲਮਾਂ ਸਨ, ਫਿਰ ਸਾਰੇ ਗਾਣੇ ਉਹਨਾਂ ਨੇ ਗਾਏ ਪੰਜਾਬੀ, ਫਿਰ ਉਹਦੇ ਬਾਅਦ ਉਰਦੂ ਵੀ ਨਾਲ ਚੱਲੇ ਨੇ, ਉਹ ਹਮਰਾਈ ਦੇ ਗਾਲੇ ਬਸ, ਫਿਰ ਹਮਰਾਈ ਦੇ ਤੇ ਇਹ ਗਾਣੇ ਗਾਏ ਤੇ ਫਿਰ ਜੀ ਬੜਾ ਮਸੂਦ ਰਾਣਾ। ਮੈਂ ਅਨਵਰ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਅਗਰ ਰਾਣਾ ਸਾਹਿਬ ਦਾ ਜ਼ਿੰਦਗੀ ਦਾ ਪਹਿਲਾ ਜਿਹੜਾ ਗਾਣਾ ਸੁਪਰ ਹਿੱਟ ਹੋਇਆ ਪੰਜਾਬੀ ਦਾ, ਅਗਰ ਤੁਸੀਂ ਗੁਣਗੁਣਾ ਲਓ। ਮੈਂ ਜ਼ਰੂਰ, ਬਿਲਕੁਲ, ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਗੱਲ ਤੁਹਾਨੂੰ ਕਹਿੰਦਾ ਕਿ ਤੁਸੀਂ ਰਾਣਾ ਸਾਹਿਬ ਦੇ ਗਾਣੇ ਗਾਉਂਦੇ ਰਹਿੰਦੇ ਹੋ। ਹਾਂ ਬਿਲਕੁਲ, ਮੈਂ ਬਹੁਤ ਗਾਏ ਨੇ ਟੈਲੀਵਿਜ਼ਨ ਤੇ, ਵੀ ਬੜੇ ਗਾਏ ਨੇ ਮੈਂ। ਤੁਸੀਂ ਅਗਰ ਇਹਨੂੰ ਉਹਨਾਂ ਨੂੰ ਖਰਾਜੇ ਤਸੀਨ ਦੇ ਵਿੱਚ ਤੁਸੀਂ ਪੇਸ਼ ਕਰੋ ਤਾਂ ਕਿ ਇਧਰ ਵੇਖੋ ਹਾਂ ਤੁਸੀਂ ਤਾਂ ਕਿ ਵਾਲਾ ਖੈਰ ਮੰਗਦਾ। ਟੰਗੇ ਵਾਲਾ ਖੈਰ ਮੰਗਦਾ, ਉਹ ਟੰਗੇ ਵਾਲਾ ਖੈਰ ਮੰਗਦਾ, ਟੰਗ ਲੋੜਦਾ ਹੋਵੇ ਤੇ ਭਾਵੇਂ ਚੰਗਦਾ, ਟੰਗੇ ਵਾਲਾ ਖੈਰ ਮੰਗਦਾ। ਉਹ ਕਰੀ ਜਾਂ ਮਜ਼ੂਰੀਆਂ ਮੁਰਾਦਾਂ ਹੋਣ ਪੂਰੀਆਂ, ਮਜ਼ੂਰੀਆਂ ਮੁਰਾਦਾਂ ਹੁਣ ਪੂਰੀਆਂ, ਗੋਰੀਆਂ ਲਿਆਣ ਮੇਰੇ ਰਾਂਝਿਆਂ ਲਈ ਚੂੜੀਆਂ, ਰਾਂਝਿਆਂ ਲਈ ਚੂੜੀਆਂ, ਕੋਈ ਵੇਲਾ ਹੋਵੇ ਭਾਵੇਂ ਪੁੱਤਰ ਮਲੰਗਦਾ, ਟੰਗੇ ਵਾਲਾ ਖੈਰ ਮੰਗਦਾ, ਟੰਗੇ ਵਾਲਾ ਖੈਰ ਮੰਗਦਾ, ਮਸੂਦ ਰਾਣਾ ਸਾਹਿਬ ਦਾ ਤੇ ਮੇਰਾ ਸੁਰ ਤਕਰੀਬਨ ਮਿਲਦਾ ਜੁਲਦਾ, ਚੁੱਕਾ ਉਹਨਾਂ ਦਾ ਸਕੂਲ ਆਫ ਥੌਟ ਵੀ ਦੋਸਤਾਂ ਨੂੰ ਕਿ ਮੈਂ ਤੁਬਰਕਨ ਜਿੰਨੇ ਵੀ ਸੀਨੀਅਰਸ ਹੈਗੇ ਨੇ ਨਾ, ਜਿੰਨੇ ਮੇਰੇ ਕੋਲ ਉਹਦੇ 'ਚ ਮਿਊਜ਼ਿਕ ਡਾਇਰੈਕਟਰ ਵੀ ਨੇ, ਉਹਦੇ 'ਚ ਸਿੰਗਰਸ ਵੀ ਨੇ, ਇਹਨਾਂ ਦੇ ਨਾਲ ਮੈਂ ਤੁਬਰਕਨ ਸਭ ਨਾਲ ਗਾਇਆ, ਮੈਡਮ ਨੂਰ ਜਾਨ ਜੀ ਨਾਲ, ਮਹਿਦੀ ਹਸਨ ਸਾਹਿਬ ਨਾਲ, ਮਸੂਦ ਰਾਣਾ ਸਾਹਿਬ ਨਾਲ, ਸਾਰੇ ਦੋਸਤਾਂ ਨਾਲ। ਅਤੇ ਮੈਂ ਤੁਹਾਡੇ ਨਾਲ ਗੱਲ ਤਾਂ ਹੁੰਦੀ ਰਹੇਗੀ, ਮੈਂ ਚਾਹੁੰਦਾ ਕਿ ਮਸੂਦ ਰਾਣਾ ਸਾਹਿਬ ਦੇ ਇੱਕ ਬੜੇ ਪੁਰਾਣੇ ਪੰਜਾਬੀ 'ਚ ਕਹਿੰਦੇ ਨੇ ਲੰਗੋਟੀਏ ਦੋਸਤ, ਠੀਕ ਹੈ ਨਾ, ਇਹ ਇੱਕ ਲਫਜ਼ ਤਾਂ ਹੈਗਾ ਬਣਿਆ, ਲੇਕਿਨ ਮੈਂ ਚਾਹਾਂਗਾ ਕਿ ਕੰਵਰ ਕਫੀਲ ਸਾਹਿਬ ਸਾਡੇ ਕੋਲ ਮੌਜੂਦ ਨੇ, ਕੁਛ ਉਹਨਾਂ ਦੀ ਕੋਈ ਮਜ਼ੇਦਾਰ ਜਿਹੀ ਗੱਲਾਂ ਜਿਹੜੀਆਂ ਕੋਈ ਤੁਹਾਨੂੰ ਯਾਦ ਰਹਿ ਗਈਆਂ ਹੋਣ। ਮੇਰੀ ਜੀ ਬੜੀ ਖੁਸ਼ਕਿਸਮਤੀ ਹੈ ਕਿ ਮੇਰੇ ਜ਼ਿੰਦਗੀ ਦੇ ਬੜੇ ਬਰਸ ਜਿਹੜੇ ਨੇ ਮਸੂਦ ਰਾਣਾ ਸਾਹਿਬ ਦੇ ਨਾਲ ਗੁਜ਼ਰੇ ਨੇ। ਜੀ ਜੀ, ਉਹ ਐਡੇ ਅਜ਼ੀਮ ਇਨਸਾਨ ਸਨ ਔਰ ਐਡੇ ਵੱਡੇ ਗੁਲੂਕਾਰ ਸਨ। ਕੀ ਬਾਤ, ਕਿਉਂਕਿ ਮੈਂ ਖੁਦ ਬਜ਼ਾਤੇ ਖੁਦ ਮਿਊਜ਼ਿਕ ਮਾਈਂਡਿਡ ਸ਼ਖਸ ਹੈਗਾ ਵਾਂ, ਮੈਂ ਮਿਊਜ਼ਿਕ ਨੂੰ ਬਹੁਤ ਲਵ ਕਰਦਾ ਵਾਂ, ਅਤੇ ਅੱਲਾ ਰੱਬੁਲ ਇੱਜ਼ਤ ਮੈਨੂੰ ਇਹੋ ਜਿਹਾ ਪਿਆਰਾ ਦੋਸਤ, ਐਡਾ ਅਜ਼ੀਮ ਫਨਕਾਰ ਬਣਾਇਆ
ਜਿਨ੍ਹਾਂ ਦੀ ਰਿਹਾਇਸ਼ ਵੀ ਮੇਰੇ ਘਰ ਦੇ ਨਜ਼ਦੀਕ ਹੀ ਸੀ। ਪਰ ਸਾਡੀ ਇੰਨੀ ਅੰਡਰਸਟੈਂਡਿੰਗ ਵੱਧਦੀ ਗਈ ਕਿ ਅਸੀਂ ਇਕੱਠੇ ਸ਼ੋਅ ਔਰਗਨਾਈਜ਼ ਕੀਤੇ ਲੰਡਨ ਦੇ ਵਿੱਚ, ਦੁਬਈ ਦੇ ਵਿੱਚ, ਪਾਕਿਸਤਾਨ ਦੇ ਅੰਦਰ, ਔਰ ਜਿੰਨੇ ਵੀ ਸਾਡੇ ਲਾਹੌਰ ਦੇ ਵਿੱਚ ਰਿਕਾਰਡਿੰਗ ਸਟੂਡੀਓਜ਼ ਹੈਗੇ ਨੇ, ਮੈਂ ਉਹਨਾਂ ਦੇ ਨਾਲ ਜਾਂਦਾ ਰਿਹਾ, ਉਹਨਾਂ ਦੀਆਂ ਬੇਸ਼ੁਮਾਰ ਰਿਕਾਰਡਿੰਗਸ ਦੇਖੀਆਂ। ਔਰ ਮੈਂ ਉਹਨਾਂ ਨੂੰ ਇੰਨਾ ਕੁ ਪਿਆਰ ਕਰਦਾ ਵਾਂ ਕਿ ਉਹਨਾਂ ਦੇ ਬੇਸ਼ੁਮਾਰ ਪੰਜਾਬੀ ਦੇ ਗੀਤ, ਉਰਦੂ ਦੇ ਗੀਤ ਮੈਂ ਗਾ ਸਕਦਾ ਵਾਂ ਜੀ। ਅਤੇ ਸੁਣਾ ਦਿਓ ਫਿਰ ਇਸ ਖੁਸ਼ੀ ਦੀ ਸਾਨੀ ਉਹਨਾਂ ਦੀ ਯਾਦ ਵਿੱਚ। ਫਿਰ ਜ਼ਰੂਰ ਜੀ। ਸਜਣਾ ਏ ਮਹਿਫਿਲ ਅਸਾਂ ਤੇਰੇ ਲਈ ਸਜਾਈਏ, ਸਜਣਾ ਏ ਮਹਿਫਿਲ ਅਸਾਂ ਤੇਰੇ ਲਈ ਸਜਾਈਏ, ਆਪਣਾ ਬਣਾ ਲੈ ਮੈਨੂੰ ਛੱਡ ਦੇ ਗਰੂਰਣੀ, ਅਸਾਂ ਇਹੋ ਗੱਲ ਆਖਣੀ ਜ਼ਰੂਰਣੀ, ਓ ਮੇਰੇ ਬਾਜਰ ਕਾਹੇ ਤੇਰੇ ਕਿਸ ਕੰਮ ਦੀ ਦੁਹਾਈ। ਇਹ ਫਿਲਮ ਦੋ ਰੰਗੀਲੇ ਦਾ ਗਾਣਾ ਸੀ, ਦੋ ਰੰਗੀਲੇ ਕਮਾਲ ਅਹਿਮਦ ਸਾਹਿਬ ਇਹਦੇ ਮੌਸੀਕਾਰ ਸਨ ਅਤੇ ਮਸੂਦ ਰਾਣਾ ਸਾਹਿਬ ਨੇ ਗਾਇਆ। ਬੜਾ ਅੱਛਾ ਸਿਚੁਏਸ਼ਨ ਸੌਂਗ ਹੈਗਾ ਸੀ ਅਤੇ ਬੜਾ ਅੱਛਾ ਲੱਗਾ ਜੀ ਤੁਹਾਨੂੰ। ਉਹਨਾਂ ਦੀ ਹੋਰ ਕੋਈ ਕੋਈ ਗੱਲ, ਕੋਈ ਐਸੀ ਕੋਈ ਜਿਹੜੀ ਮਤਲਬ ਅਨੋਖੀ ਜਿਹੀ ਗੱਲ ਹੋਈ ਹੋਵੇ ਕੋਈ, ਮਤਲਬ ਇੱਕ ਪਹਿਲੀ ਗੱਲ ਤਾਂ ਹੈ ਕਿ ਜੀ ਉਹਨਾਂ ਦਾ ਜਿਹੜਾ ਹਾਈ ਨੋਟ ਹੈਗਾ ਸੀ ਨਾ ਲੋਹਾ ਮਨਵਾਇਆ ਜੀ, ਮੈਂ ਸਮਝਣਾ ਵਾ ਕਿ ਉਹਨਾਂ ਨੇ ਸੁਰ ਤੇ ਲਹਿਰ ਉੱਤੇ ਜਿਹੜੀ ਬੁਲੰਦੀ ਤੇ ਸਫ਼ਰ ਕੀਤਾ ਹੋਵੇ, ਉਹ ਬਹੁਤ ਘੱਟ ਫਨਕਾਰ ਨੇ ਜਿਹੜੇ ਕਿ ਉਸ ਬੁਲੰਦੀ ਤੱਕ ਪਹੁੰਚੇ। ਉਹਨਾਂ ਦਾ ਆਵਾਜ਼ ਐਡਾ ਖੁੱਲ੍ਹਾ ਗੋਡ ਗਿਫਟਡ ਸੀ ਕਿ ਉਹ ਫਿਲਮ ਦੇ ਉੱਤੇ ਨਾ ਉਹ ਮੇਲ ਸੰਗ ਬਹੁਤ ਅੱਛਾ, ਮਤਲਬ ਇਸ ਤਰ੍ਹਾਂ ਰਾਜ ਕੀਤਾ ਉਸ ਦੌਰ ਦੇ ਵਿੱਚ। ਮੈਂ ਤੇ ਆਪਣੇ ਬਚਪਨ ਚ ਉਹਨਾਂ ਨੂੰ ਸੁਣਦਾ ਰਿਹਾ ਨਾ ਬੜਾ, ਤੇ ਫਿਰ ਮੇਰੀ ਖੁਸ਼ਬਖਤੀ ਜਦੋਂ ਫਿਰ ਮੈਂ ਫਿਲਮ ਇੰਡਸਟਰੀ ਦੇ ਵਿੱਚ ਆਇਆ ਤੇ ਅੱਗੋਂ ਮਸੂਦ ਰਾਣਾ ਸਾਹਿਬ, ਹੋਰ ਮੇਰੇ ਜਿੰਨੇ ਸੀਨੀਅਰ ਹੈਗੇ ਸਨ ਉਹ ਸਾਰੇ ਹਯਾਤ ਸਨ ਤੇ ਵਾਰੀ ਵਾਰੀ ਅੱਲਾਹ ਤਾਲਾ ਨੂੰ ਪਿਆਰੇ ਹੁੰਦੇ ਗਏ। ਲੇਕਿਨ ਇਹ ਉਹ ਲੋਕ ਨੇ ਕਿ ਜਿਹੜੇ ਕਦੇ ਵੀ ਨਹੀਂ ਮਰ ਸਕਦੇ, ਆਪਣੇ ਫਨ ਦੇ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ ਜਦ ਤੱਕ ਮਿਊਜ਼ਿਕ ਹੈ, ਕਿਉਂਕਿ ਜਿੰਨਾ ਇਹਨਾਂ ਨੇ ਕੰਮ ਕੀਤਾ ਔਰ ਸਾਨੂੰ ਇਹਨਾਂ ਨੇ ਬੜਾ ਸ਼ੌਅਰ ਬਖਸ਼ਿਆ, ਇਹਨਾਂ ਲੋਕਾਂ ਨੇ, ਮਸੂਦ ਰਾਣਾ ਸਾਹਿਬ ਨੇ ਬਿਲਕੁਲ। ਮਤਲਬ ਕੋਈ ਵੀ ਫਿਲਮ ਜਿਹੜੀ ਹੈ ਨਾ ਇਹਨਾਂ ਦੇ ਗਾਣੇ ਤੋਂ ਬਗੈਰ ਅਧੂਰੀ ਸੀ, ਠੀਕ ਹੈ ਨਾ। ਤੇ ਖਾਲਸ ਸਾਹਿਬ ਤੁਸੀਂ ਸਿੰਗਰ ਤੇ ਹੈਗੇ ਸਨ ਬਹੁਤ ਵੱਡੇ ਜੀ, ਤੇ ਐਜ਼ ਏ ਭਰਾ ਰੋਲ ਕਿਵੇਂ ਪਾਇਆ ਤੁਸੀਂ? ਭਰਾ ਤੇ ਮੈਂ ਹੁਣ ਕਹਿ ਨਹੀਂ ਸਕਦਾ ਕਿ ਉਹ ਤੇ ਇੰਨਾ ਪਿਆਰ ਸ਼ਕਤ ਉਹਨਾਂ ਨੇ ਦਿੱਤੀ ਹੈ। ਇਹ ਕਿ ਸਾਡਾ ਇੱਕ ਤਾਂ ਬਾਪ ਹੈ ਸੀ ਨਾ, ਉਹ ਤੇ ਦੁਨੀਆਂ ਚਲੇ ਗਏ, ਲੇਕਿਨ ਜਿਹੜਾ ਇਹ ਵੱਲ ਸੀ ਨਾ ਇਹਦੇ ਬਾਅਦ ਸ਼ਕਤ ਕੋਈ ਨਹੀਂ ਦੇ ਸਕਿਆ। ਬਹੁਤ ਪਿਆਰ ਕਰਨ ਵਾਲਾ ਇਨਸਾਨ ਸੀ, ਸੁਰ ਨੂੰ ਪਿਆਰ ਕਰਦੇ ਸਨ, ਇਸ ਗੱਲ ਪਿਆਰ ਕਰਦੇ, ਨਹੀਂ ਨਹੀਂ ਸਭ ਨੂੰ ਕਰਦੇ ਸਨ ਸੁਰ ਤੋਂ ਇੱਕ ਉਹ ਲਗਨ ਤੋਂ ਉਹਨਾਂ ਦੀ। ਤੁਸੀਂ ਕਿਉਂ ਨਹੀਂ ਬਚਪਨ? ਮੈਂ ਨਹੀਂ ਗਾਇਆ, ਸੱਚ ਬੋਲਣਾ, ਨਹੀਂ ਮੈਂ ਸੱਚ ਬੋਲ ਰਿਹਾ, ਕਹਿੰਦੇ ਸੱਚ ਬੋਲਣਾ। ਨਹੀਂ ਗੋਡ ਗਿਫਟਡ ਜਿਹੜੇ ਅੱਲਾਹ ਦੀ ਜ਼ਾਤ ਤੋਂ ਅੱਲਾਹ ਵੱਲੋਂ ਚੀਜ਼ ਮਿਲਦੀ ਹੈ। ਮੈਂ ਕਹਾਂ ਅਸੀਂ ਪ੍ਰੋਗਰਾਮ 'ਚ ਬੈਠੇ ਹਾਂ ਨਾ, ਤੁਹਾਨੂੰ ਮਿਲਿਆ ਨਾ ਜਾਂ ਅਨਵਰ ਸਾਹਿਬ ਨੂੰ, ਇੱਕ ਅੱਲਾਹ ਵੱਲੋਂ ਚੀਜ਼ ਮਿਲੀ। ਕੋਈ ਫਸ ਅਨਵਰ ਸਾਹਿਬ ਦੇ ਘਰ 'ਚ ਕੋਈ ਨਹੀਂ ਸੀ, ਅੱਬਾ ਜੀ ਤੋਂ ਵਗੈਰਾ ਕੋਈ ਨਹੀਂ ਗਾਇਆ, ਲੇਕਿਨ ਉਹਨੂੰ ਕੋਈ ਫਿਕਰ ਨਹੀਂ ਸੀ, ਤੁਹਾਨੂੰ ਕਿਸ ਗੱਲ ਦਾ ਫਿਕਰ ਸੀ? ਫਿਰ ਮੈਨੂੰ ਕੋਈ ਫਿਕਰ ਨਹੀਂ ਸੀ, ਮੈਂ ਕਾਮਰਾਨ ਮਿਰਜ਼ਾ ਸਾਹਿਬ ਹੁੰਦੇ ਸਨ ਸਭ ਮੈਨੂੰ ਇਸ ਗਾਣੇ ਦਾ ਯਾਦ ਹੈ ਕਿ ਨਜ਼ੀਰ ਅਲੀ ਸਾਹਿਬ ਜਿਸ ਨੇ ਬਣਾਇਆ ਨਾ ਗਾਣਾ, ਖਾਜਾ ਪ੍ਰਵੇਸ਼ ਸਾਹਿਬ ਦਾ ਲਿਖਿਆ, ਖਾਜਾ ਪ੍ਰਵੇਸ਼ ਸਾਹਿਬ, ਔਰ ਉਹਨਾਂ ਨੂੰ ਅੱਛਾ ਬੜਾ ਲੱਗਦਾ ਸੀ, ਅੱਖਾਂ ਘੁੱਟ ਲੈਣੀ ਉਹਨਾਂ ਅਤੇ ਸੁਣਨ। ਇੱਕ ਬਹੁਤ ਵੱਡਾ ਨਾਮ ਸੀ ਨਜ਼ੀਰ ਅਲੀ ਸਾਹਿਬ ਦਾ, ਬੜੇ ਖੁਸ਼ਕਿਸਮਤ ਲੋਕ ਅਸੀਂ ਉਹਨਾਂ ਨਾਲ ਕੰਮ ਕੀਤਾ ਜਾਂ ਉਹਨੂੰ ਸੁਣਿਆ। ਭੁੱਲ ਜਾ ਸਭ ਜਿਨ ਪਿਆਰ ਕਰ ਜੇ ਉਹ ਮਾਰ ਹੋ ਗਏ, ਭੁੱਲ
प्यार ने खोली खुशी में चैन लभदा नहीं तेरे प्यार ने खोली खुशी में चैन लभदा नहीं असी हथे जुदाई दिती खरी एडा हौसला नहीं दुख कदी तेनू जे गाना गा के मसूद राणा साहब की याद ताजा की नाल जिन्होंने लिखिया ख्वाजा परवेज साहब ने और नज़ीर अली साहब जिन्होंने बनाया याद नाल ताजा करते थे। देखो जी ये बड़ी अगले दिन भी तुहानू पता है बहने महफल से गल हो रही सन ज़ुल्फ़िकार साहब के प्रोग्राम से उन्होंने बड़ा बिल्कुल बिल्कुल धमाल पाइया ने इस काम से कि दसना चाहिए कि जिदा बनया वह तो दसो जो मूजद इस गाने का मौसीकार है तो मौसीकार का दसना चाहिए कि यार उसने बनाया है फलाने ने गाया उन्हें लिखे है जी तो फिर एक जगता होकर गाना बन रहा है बिल्कुल इतने सिर्फ कहते जो साढ़ा साढ़ा ही साढ़ा ही। अच्छा खालसा साहब मसूद राणा साहब दे मतलब जान तो बाद मतलब परवेज मेहदी ने परवेज मेहदी मैं अक्सर राणा साहब वाले जाने दसा एक दिन असि गए क्योंकि गल्ला मजेदार ने करने वाली ने लोगों को नहीं पता होंगे बिलकुल राणा साहब कह रहे यार आप आ गए हैं तो आज मसूर की दाल बहुत अच्छी पकी है। अच्छा परवेज ने मेरे लिए क्या उन्होंने कहा हाँ मैं कहा हाँ जी बहुत अच्छी पकी हुई है माँ जी पकाते सन हांडी तो बहुत अच्छी पकी हुई है वो कोई हफ्ता खा के दाल असी वो कोई हफ्ता फिर वापस आए थे जो फिर राणा साहब के घर आए तो रोटी का वक्त से दोपहर का क्योंकि उठते ज़्यादा लेट सन तो कहने लगे यार परवेज कहते अज राणा साहब आज क्या पका है कहते यार मसर बहुत अच्छे पके हैं परवेज कहना राणा साहब खुदा का वास्ता जी लिख के गोश्त पा तो यह जी गल आपस में बह के करते जिंदगी दया खूबसूरत गल् ने राणा साहब का एक बार मेरे न जान का प्रोग्राम बनया कि पिंडी जा रहे थे फोकर जहाज हों टिकट सी 105 रुपये के या 103 रुपये जहाज की टिकट थी दोवे सी टुट गए एयरपोर्ट जाके तो मैं देखे राणा साहब कितने गए मैं क्या मैं कर एक जगह खलो के एक बंद को इंश्योरेंस पे कराने 10 रुपये की अच्छा 10 रुपये की इंश्योरेंस हो गई सी मैं क्या राणा बाबा अरे भाई इंश्योरेंस देखो अल्लाह ना करे कुछ हादसा भी हो सकता है तो कम अज कम घर वालों को तो पैसे दे तो बड़े बड़ा प्यार सी बड़ा यारी सी सानू बस साडी एक जंजीर टुट गई है नाज़रीन प्रोग्राम साडा ते चल रहा है एक छोटा जिहा असीं वक्फा लैने आं उस तों बाद दोबारा असीं हाजिर होने आं साडे कोल बैठे ने मसूद राणा साहब दे एक बड़े प्यारे दोस्त बचपन दे दोस्त ते उहनां दे सके भाई खालिद राणा साहब असि दोबारा हाजिर होने चल रहा चल हाँ जी FM 95 रंग रंग जिंदगी दे विच असि सुर सितारे दे हवाले दे नाल जिहड़ा साडा प्रोग्राम दा नाम है सुर सितारे उहदे नाल असि प्रोग्राम दे हवाले नाल असि गल कर रहे हां ते अज दा साडा मौजू सी अज दा साडे आर्टिस्ट सन मसूद राणा साहब
ਤੇ ਮੈਂ ਗੱਲ ਕਰ ਰਿਹਾ ਆਪਣਾ ਸਾਡੇ ਜਿਹੜੇ ਕਫੀਲ ਅਹਿਮਦ ਸਾਹਿਬ ਨੇ ਉਹਨਾਂ ਦੇ ਦੋਸਤ ਉਹਨਾਂ ਕੋਲ ਕੋਈ ਹੋਰ ਗੱਲ ਕੋਈ ਐਸੀ ਕੋਈ ਜਿਹੜੀ ਉਹਨਾਂ ਨੂੰ ਯਾਦ ਹੋਵੇ ਜਿਹੜੀ ਸਾਨੂੰ ਨਾ ਪਤਾ ਹੋਵੇ ਸਾਨੂੰ ਪਤਾ ਹੋਵੇ ਦੇਖੋ ਜੀ ਜਿਹੜੀ ਉਹਨਾਂ ਦੀ ਮੈਨੂੰ ਬਹੁਤ ਪਿਆਰੀ ਚੀਜ਼ ਲੱਗੀ ਹੈ ਜਿਹੜੀ ਕਿ ਅਜੇ ਤੱਕ ਮੈਂ ਮਹਿਸੂਸ ਕਰਨਾ ਵਾਂ ਉਹਨਾਂ ਦੀ ਸ਼ਖਸੀਅਤ ਨੂੰ ਅੱਗੇ ਵੀ ਡਿਲੀਵਰ ਕਰਨਾ ਵਾਂ ਕਿ ਆਮ ਆਸ਼ਰੇ ਦੇ ਵਿੱਚ ਜਦੋਂ ਇਨਸਾਨ ਬਹੁਤ ਪੀਕ 'ਤੇ ਚਲਾ ਜਾਂਦਾ ਵੇ ਉਹ ਬੜਾ ਕੁਛ ਭੁੱਲ ਜਾਂਦਾ ਵੇ ਲੇਕਿਨ ਮਸੂਦ ਰਾਣਾ ਸਾਹਿਬ ਐਸੇ ਅਜ਼ੀਮ ਇਨਸਾਨ ਸਨ ਉਹ ਐਡੇ ਵੱਡੇ ਫਨਕਾਰ ਹੋਣ ਦੇ ਨਾਲ ਨਾਲ ਐਡੇ ਸ਼ਫੀਕ ਪਰਸਨੈਲਿਟੀ ਵਾਲੇ ਦੋਸਤ ਸਨ ਭਰਾ ਸਨ ਸਭ ਦੇ ਉਹ ਹਰ ਇੱਕ ਦੇ ਵਿੱਚ ਇੰਨਾ ਕੁ ਪਿਆਰ ਵੰਡਦੇ ਸਨ ਅਤੇ ਮੈਨੂੰ ਉਹਨਾਂ ਦਾ ਪਿਆਰ ਕਦੇ ਨਹੀਂ ਭੁੱਲਿਆ ਬਲਕਿ ਜਿੰਨੇ ਵੀ ਉਹਨਾਂ ਦੇ ਮਿਲਣ ਜੁਲਣ ਵਾਲੇ ਹੈਗੇ ਸਨ ਜਿੰਨੇ ਉਹਨਾਂ ਦੇ ਕਰੀਬੀ ਸਨ ਜਾਂ ਮਿਲਣ ਵਾਲੇ ਸਨ ਉਹ ਅਜੇ ਵੀ ਉਹਨਾਂ ਨੂੰ ਯਾਦ ਕਰਦੇ ਨੇ ਹੁਣ ਦੇਖੋ ਇੰਨਾ ਅਰਸਾ ਹੋ ਗਿਆ ਉਹਨਾਂ ਨੂੰ ਸਾਡੇ ਤੋਂ ਜੁਦਾ ਹੋਇਆ ਅਤੇ ਸਾਨੂੰ ਯਕੀਨ ਹੀ ਨਹੀਂ ਆਉਂਦਾ ਕਿ ਸਾਡੇ ਤੋਂ ਜੁਦਾ ਹੋ ਗਏ ਨੇ ਕਿਉਂਕਿ ਉਹਨਾਂ ਦਾ ਪਿਆਰ ਹੀ ਸਾਡੇ ਦਿਲਾਂ 'ਚ ਅਨੰਕ ਰਚਿਆ ਹੋਇਆ ਵੇ ਮੈਂ ਸਮਾਂ ਕਿ ਅਜੇ ਤਾਂ 25 ਸਾਲ ਹੋਏ ਨੇ ਅਗਰ 25 ਸਦੀਆਂ ਦੇ ਬਾਅਦ ਵੀ ਹੋਰ ਨਵੀਂ ਜਨਰੇਸ਼ਨ ਆ ਕੇ ਇੰਟਰਵਿਊ ਕਰਨਗੇ ਅਤੇ ਉਹਨਾਂ ਦਾ ਨਾਂ ਬੜੇ ਪਿਆਰ ਦੇ ਨਾਲ ਇੱਜ਼ਤ ਨਾਲ ਲਿਆ ਜਾਵੇਗਾ ਜੀ ਜ਼ਾਹਰ ਜੀ ਬਿਲਕੁਲ ਤੁਸੀਂ ਹੁਣ ਇਸ ਤਰ੍ਹਾਂ ਕਰੋ ਅਨਵਰ ਸਾਹਿਬ ਉਹਨਾਂ ਨੂੰ ਤਾਂ ਤੁਸੀਂ ਗੱਲਾਂ ਸਾਰੀਆਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਸੀਂ ਰਾਣਾ ਸਾਹਿਬ ਦਾ ਕੋਈ ਆਪਣੀ ਪਸੰਦ ਦਾ ਗਾਣਾ ਜਾਂ ਰਾਣਾ ਸਾਹਿਬ ਨੂੰ ਇੱਕ ਉਹਨਾਂ ਦਾ ਬੜਾ ਪੁਰਾਣਾ ਗਾਣਾ ਹੈ ਮੈਂ ਟੈਲੀਵਿਜ਼ਨ 'ਤੇ ਵੀ ਰਿਕਾਰਡ ਕੀਤਾ ਸੀ ਇੱਕ ਵਾਰੀ ਅਤੇ ਅਕਮਲ 'ਤੇ ਪਿਕਚਰ ਹੋਇਆ ਸੀ ਮੈਨੂੰ ਉਹਨਾਂ ਦੇ ਮਿਊਜ਼ਿਕ ਡਾਇਰੈਕਟਰ ਦਾ ਨਾਂ ਨਹੀਂ ਪਤਾ ਹੈਗਾ ਮੈਂ ਦੱਸਣਾ ਜੀ ਚਿਸ਼ਤੀ ਸਾਹਿਬ ਸਾਹਿਬ ਬਾਬਾ ਜੀ ਆਸ਼ਕਾ ਤੋਂ ਸੋਹਣਾ ਮੁਖੜਾ ਲੁਕਾਉਣਾ ਰੱਖੋ ਹਾਂ ਵਜੇ ਦੇ ਹੱਥ ਤੇ ਇਹ ਡਿਊਟੀ ਮੇਰੀ ਹੈ ਬਿਲਕੁਲ ਬਿਲਕੁਲ ਅੱਜ ਤੁਹਾਡੀ ਆਸ਼ਕਾ ਤੋਂ ਸੋਹਣਾ ਮੁਖੜਾ ਲੁਕਾਉਣ ਲਈ ਸੱਜਣਾ ਨੇ ਬੂਹੇ ਅੱਗੇ ਚੀਖ ਖਾਣ ਲਈ ਆਸ਼ਕਾ ਤੋਂ ਸੋਹਣਾ ਮੁਖੜਾ ਲੁਕਾਉਣ ਲਈ ਸੱਜਣਾ ਨੇ ਬੂਹੇ ਅੱਗੇ ਚੀਖ ਖਾਣ ਲਈ ਚੀਖ ਤਾਣ ਲਈ ਉਹ ਚੀਖ ਤਾਣ ਲਈ ਸੱਜਣਾ ਨੇ ਬੂਹੇ ਅੱਗੇ ਚੀਖ ਖਾਣ ਲਈ ਸਾਡੇ ਕੋਲੋਂ ਮੁਖੜਾ ਲੁਕਾਉਣ ਵਾਲੇ ਉਹ ਇਹ ਵੀ ਦੱਸਦੇ ਉਹ ਸ਼ਰਮਾਉਣ ਵਾਲੇ ਉਹ ਸ਼ਰਮਾਉਣ ਵਾਲੇ ਸਾਡੇ ਕੋਲੋਂ ਮੁਖੜਾ ਲੁਕਾਉਣ ਵਾਲੇ ਉਹ ਇਹ ਵੀ ਦੱਸਦੇ ਉਹ ਸ਼ਰਮਾਉਣ ਵਾਲੇ ਉਹ ਸ਼ਰਮਾਉਣ ਵਾਲੇ ਪਾਇਆ ਸੀ ਪਿਆਰ ਲੁਕ ਛੁਪ ਜਾਣ ਲਈ ਸੱਜਣਾ ਨੇ ਬੂਹੇ ਅੱਗੇ ਚਿਖ ਤਾਣ ਲਈ ਚਿਖ ਤਾਣ ਲਈ ਉਹ ਚਿਖ ਤਾਣ ਲਈ ਸੱਜਣਾ ਨੇ ਬੂਹੇ ਅੱਗੇ ਚਿਖ ਤਾਣ ਲਈ ਉਹ ਆਸ਼ਕਾ ਤੋਂ ਸੋਹਣਾ ਮੁਖੜਾ ਲੁਕਾਉਣ ਲਈ ਸਕੂਨ ਆ ਜਾਂਦਾ ਸੁਰ ਲਗਾ ਸੁਰ ਲਗਾ ਰੂਹ ਨੂੰ ਸਕੂਨ ਮਿਲ ਜਾਂਦਾ ਰੂਹ ਨੂੰ ਸਕੂਨ ਮਿਲਦਾ ਅੱਛਾ ਸੁਰ ਇੱਕ ਆਜ਼ਮ ਸਾਹਿਬ ਐਸੀ ਚੀਜ਼ ਹੈਗੀ ਜਿਸ ਤਰ੍ਹਾਂ ਕਿ ਕਫੀਲ ਸਾਹਿਬ ਨੇ ਦੱਸਿਆ ਨਾ ਕਿ ਬੜੇ ਪਿਆਰੇ ਤੇ ਬੜੇ ਸ਼ਫੀਕ ਮੈਂ ਮੇਰੇ ਅਨੈਲਿਸਿਸ ਹੈਗਾ ਔਰ ਮੈਂ ਕਈ ਵਾਰੀ ਆਪਣੇ ਇੰਟਰਵਿਊ 'ਚ ਵੀ ਕਿਹਾ ਕਿ ਆਰਟਿਸਟ ਜਿਹੜਾ ਬੰਦਾ ਹੁੰਦਾ ਨਾ ਉਹ ਅਗਰ ਅੰਦਰੋਂ ਸਖਤ ਹੋਵੇ ਸਖਤ ਜਾਨ ਹੋਵੇ ਤਾਂ ਉਹਦੇ ਅੰਦਰ ਸੁਰ ਕਦੇ ਨਹੀਂ ਆ ਸਕਦਾ ਕਿਉਂਕਿ ਸੁਰ ਉਹਦੇ ਅੰਦਰ ਆਉਂਦਾ ਕਿ ਜਿਹੜਾ ਅੰਦਰੋਂ ਨਰਮ ਹੋਵੇ ਪੋਲਾਈਟ ਹੋਵੇ ਇਹ ਕਦੀ ਵੀ ਨਹੀਂ ਹੋ ਸਕਿਆ ਕਿ ਕਿਸੇ ਆਰਟਿਸਟ ਨੇ ਯਾਰ ਮਹਿੰਦੀ ਹਸਨ ਸਾਹਿਬ ਨੇ ਕਿਸੇ ਨੂੰ ਚਪੇੜ ਕੱਢ ਮਾਰੀ ਹੋਵੇ ਨਹੀਂ ਮਸੂਦ ਰਾਣਾ ਸਾਹਿਬ ਨਾਲ ਮੇਰੀ ਵੀ ਮੁਲਾਕਾਤ ਥੋੜ੍ਹੀ ਜਿਹੀ ਰਹੀ ਹੈ ਅਤੇ ਇੱਕ ਵਾਰੀ ਮੈਂ ਆਪਣੀ ਅਕੈਡਮੀ ਦਾ ਇਫਤਤਾਹ ਕੀਤਾ ਅਤੇ ਮਸੂਦ ਰਾਣਾ ਸਾਹਿਬ ਨੂੰ ਮੈਂ ਰਿਕੁਐਸਟ ਉਹ ਤਸ਼ਰੀਫ ਲਿਆਏ ਮੇਰੀ ਅਕੈਡਮੀ ਦੇ ਵਿੱਚ ਉਹਨਾਂ ਨੇ ਆ ਕੇ ਓਪਨਿੰਗ ਕੀਤੀ ਮੇਰੇ ਕੋਲ 2-3 ਘੰਟੇ ਬੈਠੇ ਵੀ ਰਹੇ ਅਤੇ ਮੈਂ ਫਿਰ ਉਹਨਾਂ ਨੂੰ ਮਸ਼ਵਰਾ ਦਿੱਤਾ ਉਹ ਜ਼ਿਆਦਾਤਰ ਸ਼ੋਆਂ 'ਤੇ ਨਹੀਂ ਸੀ ਜਾਂਦੇ ਮੈਂ ਉਹਨਾਂ ਨੂੰ ਅੱਧਾ ਕੁ ਘੰਟੇ ਦਾ ਲੈਸਨ ਦਿੱਤਾ ਐਜ਼ ਏ ਸੀਨੀਅਰ ਉਹਨਾਂ ਨੂੰ ਸਮਝਾਇਆ ਮੈਂ ਤੇ ਉਹਨਾਂ ਦੇ ਬੱਚਿਆਂ ਵਰਗਾ ਸਾਂ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਰਾਣਾ ਸਾਹਿਬ ਮਾਸ਼ਾਅੱਲਾ ਤੁਸੀਂ ਬਹੁਤ ਅੱਛਾ ਗਾਇਆ ਅਤੇ ਬਹੁਤ ਅੱਛਾ ਗਾ ਰਹੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਕਿਉਂ ਅੰਦਰ ਕਰ ਲਿਆ ਜਿਹੜੇ ਸ਼ੋਅ ਯਾਰ ਮੈਂ ਮੈਨੂੰ ਪਸੰਦ ਨਹੀਂ ਆ ਸ਼ੋਅ ਯੇ ਵੋ ਮੈਂ ਕਿਹਾ ਨਹੀਂ ਜਾਇਆ ਕਰੋ
ਉਸ ਤੋਂ ਬਾਅਦ ਫਿਰ ਇੱਕ ਦੋ ਪ੍ਰੋਗਰਾਮ 'ਚ ਮੈਂ ਵੀ ਉਹਨਾਂ ਨੂੰ ਬੁੱਕ ਕੀਤਾ ਕਿਉਂਕਿ ਮੇਰਾ ਆਲਰੇਡੀ ਮਿਊਜ਼ੀਕਲ ਗਰੁੱਪ ਹੈਗਾ ਸੀ ਨਾ ਜਿਹਦਾ ਮੈਂ ਇਫਤਤਾਹ ਕੀਤਾ ਸੀ। ਫਿਰ ਉਸ ਤੋਂ ਬਾਅਦ ਉਹ ਰਾਣਾ ਸਾਹਿਬ ਮਾਸ਼ਾਅੱਲਾ ਫਿਰ ਜਾਂਦੇ ਆਉਂਦੇ ਰਹੇ ਅਤੇ ਉਹ ਬਸ ਇੱਕ ਪ੍ਰੋਗਰਾਮ ਦੇ ਵਿੱਚ ਜਾ ਹੀ ਰਹੇ ਸਨ ਅਤੇ ਰਸਤੇ ਦੇ 'ਚ ਉਹਨਾਂ ਨੂੰ ਫਿਰ ਹਾਰਟ ਅਟੈਕ ਹੋਇਆ ਅਤੇ ਇਹ ਉੱਥੇ ਵੀ ਪ੍ਰੋਗਰਾਮ ਦੇ ਵਿੱਚ ਮੈਂ ਹੀ ਉਹਨਾਂ ਨੂੰ ਭਿਜਵਾਇਆ ਸੀ। ਇਹ ਡੈਰਕੀ ਪ੍ਰੋਗਰਾਮ ਹੈਗਾ ਸੀ, ਮੈਂ ਉੱਥੇ ਉਹਨਾਂ ਦੇ ਸ਼ੋਅਜ਼ ਕਾਫੀ ਆਪਣਾ ਆਪਣਾ ਕੀਤੇ, ਮੈਂ ਅਰੇਂਜ ਕੀਤੇ, ਮੈਂ ਹੋਰ ਵੀ ਸ਼ੋਅ ਅਰੇਂਜ ਕਰਨਾ ਸਾਂ। ਲੇਕਿਨ ਉਹ ਮਸੂਦ ਰਾਣਾ ਸਾਹਿਬ ਚੁੱਕੇ ਬਹੁਤ ਅੱਛੇ ਆਰਟਿਸਟ ਹੈਗੇ ਸਨ ਅਤੇ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਨੂੰ ਉੱਥੇ ਭਿਜਵਾਵਾਂ ਅਤੇ ਬੜਾ ਪਸੰਦ ਕੀਤਾ ਗਿਆ। ਅੱਗੇ ਵੀ ਮੈਂ ਦੋ ਕੁ ਵਾਰੀ ਭੇਜ ਚੁੱਕਿਆ ਹਾਂ ਅਤੇ ਤੀਸਰੀ ਵਾਰੀ ਫਿਰ ਉਹਨਾਂ ਨੇ ਡਿਮਾਂਡ ਕੀਤੀ ਸੀ। ਅਨੁਭਵ ਮੈਂ ਦੱਸਣਾ ਕਿ ਰਾਣਾ ਸਾਹਿਬ ਦਾ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਸੀ ਨਾ ਕਿਸੇ ਨਾਲ, ਇਹ ਸਾਡੇ ਨਾਲ ਵੀ ਸੀ ਜੋ ਵੀ ਕਰਦੇ ਸੀ ਇਕੱਠੇ ਹੁੰਦੇ ਸਨ, ਲੇਕਿਨ ਚਾਚਾ ਮੁਨੀਰ ਸੈਨ ਮੁਨੀਰ ਸਾਹਿਬ ਨਾਲ ਉਹਨਾਂ ਆਉਣਾ ਕਰਨਾ ਹਰੇ ਯੋਰ ਐਕਸੀਡੈਂਟ ਸੀ ਤੋਂ ਰਾਣਾ ਸਾਹਿਬ ਨੂੰ ਮੈਨੂੰ ਕਹਿਣਾ ਲੈ ਮੁਨੀਰ ਆ ਗਈ ਅੱਲਾ ਹੀ ਖੈਰ ਕਰੇ। ਅਤੇ ਜਿਸ ਦਿਨ ਮੁਨੀਰ ਸਾਹਿਬ ਦੀ ਡੈਥ ਹੋਈ ਤਾਂ ਮੈਂ ਤਾਂ ਰਾਣਾ ਸਾਹਿਬ ਦੇ ਬਹੁ ਛੱਬੀ ਸੀ ਗਿਆ ਕੋਲੋਂ ਅਤੇ ਰਾਣਾ ਸਾਹਿਬ ਮੈਨੂੰ ਅੱਜ ਤੱਕ ਉਹ ਲਫ਼ਜ਼ ਮੇਰੇ ਕੰਨਾਂ 'ਚ ਗੂੰਜ ਰਿਹਾ ਕਿ ਯਾਰ ਜੀ ਜਿਹਨੇ ਕੋਈ ਜੀ ਨਹੀਂ ਚਾਹ ਰਿਹਾ। ਰਾਣਾ ਸਾਹਿਬ ਇਮਾਨ ਨਾਲ ਕਹਿ ਰਿਹਾ ਕਹਿੰਦੇ ਅਸਲ ਕਿਆ ਜੀਣਾ ਯਾਰ, ਯੋਰ ਐਕਸੀਡੈਂਟ ਸੀ ਚਲਾ ਗਿਆ ਤੋ ਹਮਨੇ ਜੀ ਕਰ ਕਿਆ ਕਰਨਾ। ਉਹਨਾਂ ਦੇ ਮੰਗਲ ਨੂੰ ਮੁਨੀਰ ਸੈਨ ਸਾਹਿਬ ਫੌਤ ਹੋਏ ਨੇ ਤੇ ਅਗਲੇ ਮੰਗਲ ਨੂੰ ਸੈਨ ਦਾ ਸਾਫ ਬਿਲਕੁਲ ਦਿਲ ਤੇ ਅਸਰ ਲਿਆ ਨਾ। ਆਰਟਿਸਟ ਆਦਮੀ ਜਿਹੜਾ ਹੁੰਦਾ ਵੇ ਐਕਸਟਰਾ ਆਰਡੀਨਰੀ ਸੈਂਸਿਟਿਵ ਹੁੰਦਾ, ਸੈਂਸਿਟਿਵ ਹੁੰਦਾ ਜੀ ਬਿਲਕੁਲ ਐਕਸਟ੍ਰੀਮਲੀ ਸੈਂਸਿਟਿਵ। ਉਹ ਸੈਂਸਿਟਿਵ ਨਾ ਹੋਵੇ ਤੇ ਫਿਰ ਆਰਟਿਸਟ ਨਹੀਂ ਹੁੰਦਾ, ਨਹੀਂ ਹੋ ਸਕਦਾ ਬੇਸ਼ੱਕ। ਉਹ ਯਾਨੀ ਉਹਨਾਂ ਦਾ ਇੰਨਾ ਕੁ ਪਿਆਰ ਸੀ ਆਪਸ ਦੇ ਵਿੱਚ ਕਿ ਉਹਨਾਂ ਨੇ ਜ਼ੇਨ ਤੇ ਜ਼ੋਰ ਦਿੱਤਾ ਤੇ ਉਹਨਾਂ ਨੂੰ ਆਪਣੇ ਅਟੈਕ ਹੋ ਗਿਆ। ਬਸ ਮੈਂ ਉਸ ਲਿੰਕ ਨੂੰ ਜੋੜਨ ਵਾਸਤੇ ਮੈਂ ਕਹਿੰਦਾ ਇੱਕ ਮੈਂ ਰਾਣਾ ਸਾਹਿਬ ਦਾ ਗਾਣਾ ਮੈਂ ਕਿ ਹੁਣ ਗੱਲ ਕਰ ਦਿਲਾ ਪਹਿਲੋਂ ਨਹੀਂ ਸਮਝਣ ਦਾ ਵੇਖ ਲਈ ਮਜ਼ਾ ਪਿਆਰ ਕਰਨ ਦਾ ਬਾਕੀ ਪ੍ਰੋਗਰਾਮ ਤੇ ਚੱਲਦਾ ਰਹਿਣਾ ਔਰ ਇਨਸ਼ਾਅੱਲਾ
ਅੱਛਾ ਤੁਸੀਂ ਤੁਹਾਨੂੰ ਇਹ ਪਤਾ ਹੋਵੇਗਾ ਕਿ ਤੁਸੀਂ ਉਹਨਾਂ ਦੇ ਬਹੁਤ ਕਰੀਬ ਸੋ ਜੀ ਬਹੁਤ ਸਾਰੇ ਗਾਣੇ ਮਤਲਬ ਮੈਂ ਵੀ ਤਕਰੀਬਨ ਕੋਈ 450 ਫਿਲਮਾਂ ਦੇ ਗਾਣੇ ਗਾ ਚੁੱਕਿਆ ਮੈਨੂੰ ਪਤਾ ਤੇ ਮੈਨੂੰ ਕੋਈ ਪੁੱਛੇ ਨਾ ਕਿ ਤੁਹਾਨੂੰ ਗਾਣਾ ਕਿਹੜਾ ਪਸੰਦ ਹੈ ਜ਼ਿਆਦਾ ਮਤਲਬ ਉਸ ਨਾਲ ਤੇ ਇਹ ਇਨਸਾਨ ਦੱਸ ਨਹੀਂ ਸਕਦਾ ਲੇਕਿਨ ਇੱਕ ਗਾਣਾ ਇੱਕ ਦੋ ਗਾਣੇ ਐਸੇ ਹੁੰਦੇ ਕਿ ਜਿਹੜਾ ਬੰਦਾ ਹਰ ਵੇਲੇ ਗੁਰੂ ਬਣਾਉਂਦਾ ਰਹਿੰਦਾ ਤੇ ਸੋਚਦਾ ਕਿ ਯਾਰ ਜਾਂ ਕੋਈ ਕਿਸੇ ਪ੍ਰੋਗਰਾਮ ਚਲਾ ਜਾਵੇ ਤੇ ਉਹ ਜ਼ਰੂਰ ਸੁਣਾਉਂਦਾ ਤੁਹਾਡੇ ਜ਼ਿਹਨ 'ਚ ਕੋਈ ਸ਼ੇਅਰ ਕਰੋ ਹਾਂ ਕਿ ਉਹਨਾਂ ਦਾ ਉਹਨਾਂ ਨੂੰ ਗਾਣਾ ਕਿਹੜਾ ਪਸੰਦ ਹੈ ਮੈਂ ਅਰਜ਼ ਕਰਨਾ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕੀਤਾ ਕਿ ਮੈਂ ਉਹਨਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਲਾਈਵ ਦੇਖੇ ਨੇ ਔਰ ਮਸੂਦ ਰਾਣਾ ਸਾਹਿਬ ਨੂੰ ਜਿਹੜਾ ਬਹੁਤ ਗਾਣਾ ਪਸੰਦ ਸੀ ਔਰ ਅਕਸਰ ਫੰਕਸ਼ਨ ਦੇ ਵਿੱਚ ਉਹ ਪਰਫਾਰਮ ਕਰਦੇ ਹੁੰਦੇ ਸਨ ਉਹ ਮੈਂ ਸਭ ਦੀ ਖਿਦਮਤ 'ਚ ਪੇਸ਼ ਕਰਦਾ ਵਾਂ ਜੀ 27 ਤੇਰੇ ਬਿਨਾ ਯੂੰ ਘੜੀਆਂ ਬੀਤੀ ਜੈਸੇ ਸਦੀਆਂ ਬੀਤ ਗਈ ਹੋ ਤੇਰੇ ਬਿਨਾ ਯੂੰ ਘੜੀਆਂ ਬੀਤੀ ਜੈਸੇ ਸਦੀਆਂ ਬੀਤ ਗਈ ਤੁਹਾਡੇ ਗਾਣੇ ਨਾਲ ਹੀ ਸਦੀਆਂ ਬੀਤ ਗਈਆਂ ਇਹ ਨਾਜ਼ਰੀਨ ਸੁਣਨ ਵਾਲੇ ਨੂੰ ਦੱਸਣਾ ਚਾਹੁੰਦਾ ਮੈਂ ਕਿ ਇਹ ਮੌਸੀਕੀ ਸੀ ਨਜ਼ੀਰ ਅਲੀ ਸਾਹਿਬ ਦੀ ਫਿਲਮ ਦਾ ਨਾਂ ਸੀ ਆਂਸੂ ਤੇ ਲਿਖਿਆ ਸੀ ਖਾਜਾ ਪਰਵੇਜ਼ ਸਾਹਿਬ ਨੇ ਖਾਜਾ ਪਰਵੇਜ਼ ਸਾਹਿਬ ਇਹ ਫਿਲਮ 'ਚ ਦੋ ਵਾਰੀ ਹੋਇਆ ਵੀ ਇੱਕ ਵਾਰੀ ਮੈਡਮ ਮਲਕਾ ਤਰਨ ਨੂਰ ਜਹਾਂ ਜੀ ਨੇ ਗਾਇਆ ਤੇ ਇੱਕ ਵਾਰੀ ਮਸੂਦ ਰਾਣਾ ਸਾਹਿਬ ਨੇ ਗਾਇਆ ਤੇ ਇਹ ਗਾਣਾ ਤੇ ਮੈਂ ਵੀ ਲੈ ਕੇ ਆਇਆ ਸਾਂ ਮੈਂ ਚਾਹੁੰਦਾ ਕਿ ਮੈਂ ਵੀ ਸੁਣਾ ਦਿਆਂ ਮੈਂ ਇਹ ਮਹਿਫਲ ਸ਼ਬਦ 'ਚ ਮੈਂ ਪਸੰਦ 'ਚ ਵੀ ਗਾਇਆ ਇੰਸਪਾਇਰ ਹੁੰਦਾ ਨਾ ਬੰਦਾ ਜਿਹੜਾ ਵੀ ਨਵਾਂ ਸਾਡੇ ਬਾਅਦ ਜਿਹੜੇ ਆਉਣ ਵਾਲੇ ਹੋਣਗੇ ਉਹ ਵੀ ਉਹਨਾਂ ਵਾਸਤੇ ਅਸੀਂ ਜਾਂ ਮਹਿਦੀ ਹਸਨ ਸਾਹਿਬ ਜਾਂ ਆਸਫ ਸਾਹਿਬ ਜਾਂ ਕੋਈ ਵੀ ਕਿਉਂਕਿ ਸਦਾ ਤੇ ਬਾਦਸ਼ਾਹ ਦੇ ਘਰ ਚ ਨਾ ਜਿਹੜਾ ਆਇਆ ਉਹਨੇ ਜਾਣਾ ਵੀ ਤੇ ਸਾਡੇ ਤੋਂ ਬਾਅਦ ਵੀ ਦੁਨੀਆਂ ਆਏਗੀ ਗਾਣਗੇ ਲੋਕ ਉਹਨਾਂ ਵਾਸਤੇ ਅਸੀਂ ਲੋਕ ਮਛਲੇ ਰਾਹ ਹੋਵਾਂਗੇ ਜ਼ਰੂਰ ਤੇ ਇਸੇ ਤਰ੍ਹਾਂ ਹੀ ਜਦੋਂ ਮੈਂ ਨਵਾਂ ਨਵਾਂ ਆਇਆ ਸਾਰਾ ਤੇ ਮੇਰੇ ਸਾਹਮਣੇ ਮਸੂਦ ਰਾਣਾ ਸਾਹਿਬ ਸਨ ਸਕੂਲ ਆਫ ਥਾਟ ਸਾਡੇ ਦੋਵਾਂ ਦਾ ਭਾਵੇਂ ਇੱਕੋ ਹੀ ਸੀ ਰਫੀ ਸਾਹਿਬ ਲੇਕਿਨ ਮਸੂਦ ਰਾਣਾ ਸਾਹਿਬ ਦੀ ਇੱਕ ਮੈਂ ਤੁਹਾਨੂੰ ਹੋਰ ਗੱਲ ਬੜੀ ਦੱਸਾਂ ਟੈਕਨੀਕਲੀ ਗੱਲ ਜਿਹੜੀ ਫਿਲਮ ਦੇ ਵਿੱਚ ਜਿਹੜੀ ਪਸੰਦ ਕੀਤੀ ਜਾਂਦੀ ਉਹ ਹੁੰਦੀ ਸਿਹਤ ਲਫਜ਼ੀ ਕਿ ਤੁਸੀਂ ਗਾਣਾ ਸੁਣੋ ਤੇ ਸੁਣ ਕੇ ਤੇ ਫੌਰਨ ਲਿਖ ਵੀ ਲਵੋ ਨਹੀਂ ਤੇ ਅਕਸਰ ਅਸੀਂ ਸਿੰਗਰ ਐਸੇ ਵੀ ਸੁਣਦੇ ਕਿ ਬਾਰ ਬਾਰ ਟੇਪ ਪਿੱਛੇ ਕਰਨੀ ਪੈਂਦੀ ਹੈ ਯਾਰ ਇਹ ਲਫਜ਼ ਫਲਾਣੇ ਨੇ ਕੀ ਕਿਹਾ ਯਾਰ ਲਫਜ਼ ਗੁੰਮ ਹੋ ਜਾਂਦਾ ਤਲਫਜ਼ ਅੱਛਾ ਹੋਣਾ ਚਾਹੀਦਾ ਮਸੂਦ ਰਾਣਾ ਸਾਹਿਬ ਦਾ ਸਿਹਤ ਲਫਜ਼ੀ ਤਲਫਜ਼ ਐਡਾ ਸਟਰੋਂਗ ਸੀ ਐਡਾ ਅੱਛਾ ਸੀ ਕਿ ਤੁਸੀਂ ਇੱਕ ਵਾਰੀ ਸੁਣ ਲਿਆ ਤੇ ਤੁਸੀਂ ਲਿਖ ਲਿਆ ਦੁਬਾਰਾ ਜ਼ਰੂਰਤ ਨਹੀਂ ਪਈ ਇਹ ਵੀ ਇੱਕ ਉਹਨਾਂ ਦਾ ਪੋਜ਼ਿਟਿਵ
ਪਹਿਲੂ ਸੀ ਉਹਨਾਂ ਦਾ ਤੇ ਆਰਟਿਸਟ ਜੋ ਹੈਗੇ ਸਨ ਉਹ ਤੇ ਅੱਲਾਹ ਦੀ ਮਿਹਰਬਾਨੀ ਦੇ ਨਾਲ ਪਰਵਰਦੀਗਾਰ ਉਹਨਾਂ ਨੂੰ ਬਰੀਕੇ ਰਹਿਮਤ ਕਰੇ ਆਮੀਨ ਮਾਲਿਕ ਉਹਨਾਂ ਨੂੰ ਕਰਵਟ ਕਰ ਜਨਮ ਸੀ ਪਿਆ ਅੱਜ ਉਹਨਾਂ ਦੀ ਆਪਣਾ ਚੁੱਕੇ 25ਵੀਂ ਬਰਸੀ ਪੰਜਵੀਂ ਬਰਸੀ ਵੀ ਦੇਖੋ ਔਰ ਇਹ ਲੱਗਦਾ ਕੱਲ ਦੀ ਗੱਲ ਹੈ ਕੱਲ ਦੀ ਗੱਲ ਹੈ ਪੰਜਵੀਂ ਬਰਸੀ ਦੇ ਹਵਾਲੇ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਇੱਕ ਵਕਤ ਇਹ ਵੀ ਆਏਗਾ ਕਿ ਸਾਨੂੰ ਵੀ ਲੋਕ ਇਸ ਤਰ੍ਹਾਂ ਯਾਦ ਕਰਨਗੇ ਕਿਉਂਕਿ ਚਲੋ ਚਲੇ ਦਾ ਮੇਲਾ ਜੋ ਹੈ ਜੀ ਲੇਕਿਨ ਉਹ ਫਿਰ ਉਹੀ ਮੈਂ ਗੱਲ ਕਰਾਂਗਾ ਕਿ ਆਰਟਿਸਟ ਜਿਹੜਾ ਹੈਗਾ ਨਾ ਉਹ ਨਹੀਂ ਭੁੱਲਦਾ ਆਪਣੇ ਫਨ ਦੇ ਜ਼ਰੀਏ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਅਸੀਂ ਯੰਗ ਜਨਰੇਸ਼ਨ ਜਿਹੜੀ ਹੈਗੀ ਉਹਦੇ ਦਿਲਾਂ 'ਚ ਪਾਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਜ਼ਿਹਨ 'ਤੇ ਇਹ ਲਿਆਉਣ ਵਾਸਤੇ ਕਿ ਤੁਸੀਂ ਲੋਕ ਜਿਹੜੇ ਗਾਣੇ ਸੁਣਦੇ ਹੋ ਉਹਨਾਂ ਨੂੰ ਕਿੰਨਾ ਕਿੰਨਾ ਨੇ ਗਾਇਆ ਕਿੰਨਾ ਨੇ ਬਣਾਇਆ ਕਿੰਨਾ ਨੇ ਲਿਖਿਆ ਇਹ ਪ੍ਰੋਗਰਾਮ ਸੁਰ ਸਿਤਾਰੇ ਦੇ ਹਵਾਲੇ ਦੇ ਨਾਲ ਅਸੀਂ ਜਿਹੜਾ ਇਹ ਗੱਲਾਂ ਕਰਨੇ ਪਏ ਹਾਂ ਇਹ ਲੋਕਾਂ ਨੂੰ ਦੱਸਣ ਵਾਸਤੇ ਕਰਨੇ ਪਏ ਹਾਂ ਅਸੀਂ ਪੰਜਾਬ ਰੰਗ ਐਫ ਐਮ ਪੰਜਾਬ ਰੰਗ ਦੇ ਪਲੇਟਫਾਰਮ 'ਤੇ ਬੈਠੇ ਹਾਂ ਅਤੇ ਸਾਡੀ ਖੁਸ਼ਬਖਤੀ ਹੈ ਕਿ ਇਹ ਸਾਨੂੰ ਇਹਨਾਂ ਨੇ ਇਹ ਆਪਣਾ ਮੌਕਾ ਫਰਾਹਮ ਕੀਤਾ ਵੇ ਕਿ ਤੁਸੀਂ ਇੱਥੇ ਬੈਠ ਕੇ ਅਤੇ ਤੁਸੀਂ ਆਪਣੇ ਆਰਟਿਸਟਾਂ ਨੂੰ ਯਾਦ ਕਰੋ ਅਤੇ ਉਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰੋ ਸਾਡੇ ਇੱਥੋਂ ਦੇ ਜਿਹੜੇ ਡੀ ਜੀ ਨੇ ਸੁਬਰਾ ਸਦਬ ਸਾਹਿਬਾ ਅੱਜ ਉਹ ਸਾਡੇ ਨਾਲ ਨਹੀਂ ਗਏ ਅੱਜ ਚੁੱਕੇ ਉਹਨਾਂ ਦੀ ਛੁੱਟੀ ਸੀ ਅਤੇ ਇਹ ਸਾਰਾ ਮਲਬਾ ਉਹਨਾਂ ਨੇ ਸਾਡੇ ਸਿਰ 'ਤੇ ਸੁੱਟ ਦਿੱਤਾ ਕਿ ਤੁਸੀਂ ਕਰੋ ਅਤੇ ਅਸੀਂ ਕੋਸ਼ਿਸ਼ ਕਰਨੇ ਪਏ ਹਾਂ ਜੇ ਕੋਈ ਸਾਡੇ ਕੋਲ ਗਲਤੀ ਹੋ ਜਾਏ ਆਸਫ ਜਵੇਦ ਸਾਹਿਬ ਕੋਲ ਮੇਰੇ ਕੋਲ ਅਤੇ ਉਹਨਾਂ ਦੀ ਮਾਜ਼ਰਤ ਪਹਿਲੇ ਤੇ ਪਹਿਲੇ ਮੰਗ ਲਈ ਹੈ ਅਤੇ ਇਸ ਵਜ੍ਹਾ ਕਰਕੇ ਅਸੀਂ ਪ੍ਰੋਗਰਾਮ ਨੂੰ ਜਾਰੀ ਰੱਖਣ ਵਾਸਤੇ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਅਤੇ ਉਹਦੇ ਬਾਅਦ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਫਿਰ ਕਿਉਂਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਇਹਦੇ ਵਿੱਚ ਸਾਡੇ ਕੋਲ ਟਾਈਮ ਦੀ ਸ਼ੋਰਟੇਜ ਹੁੰਦੀ ਹੈ ਅਤੇ ਆਣ ਕੇ ਫਿਰ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਨੇ ਹਾਂ ਅਤੇ ਉਹਨਾਂ ਦੇ ਰਾਣਾ ਸਾਹਿਬ ਮਸੂਦ ਰਾਣਾ ਸਾਹਿਬ ਦਾ ਇੱਕ ਗਾਣਾ ਮੈਂ ਰੀਮਿਕਸ ਕੀਤਾ ਸੀ ਅਤੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈਗਾ ਤਾਂ ਉਰਦੂ ਦਾ ਲੇਕਿਨ ਅਹਿਮਦ ਅਸ਼ਰਫ ਸਾਹਿਬ ਮੌਸੀਕਾਰ ਸਨ ਇਹਨਾਂ ਦੇ ਅਤੇ ਮਸੂਦ ਰਾਣਾ ਸਾਹਿਬ ਨੇ ਗਾਇਆ ਅਤੇ ਖਾਜਾ ਪਰਵੇਜ਼ ਸਾਹਿਬ ਨੇ ਉਹਦਾ ਲਿਖਿਆ ਤੁਮ ਹੀ ਹੋ ਮਹਿਬੂਬ ਮੇਰੇ ਮੈਂ ਕਿਉਂ ਨਾ ਤੁਮੇ ਪਿਆਰ ਕਰੂੰ ਤੁਮ ਹੀ ਤੋ ਮੇਰੀ ਦੁਨੀਆ ਹੋ ਮੈਂ ਕਿਉਂ ਨਾ ਇਕਰਾਰ ਕਰੂੰ ਮੇਰਾ ਪਿਆਰ ਯਾਦ ਰੱਖਣਾ ਤੁਮੀ ਹੋ ਮਹਿਬੂਬ ਮੇਰੇ ਮੈਂ ਕਿਉਂ ਨਾ ਤੁਮੇ ਪਿਆਰ ਕਰੂੰ ਤੁਮੇ ਦਿਲ ਦਿਆ ਦਿਲ ਕੇ ਕਾਬਿਲ ਤੁਮੀ ਹੋ ਮੇਰਾ ਪਿਆਰ ਤੂੰ ਮੇਰੀ ਮੰਜ਼ਿਲ ਤੁਮੀ ਹੋ ਕਹੂੰ ਔਰ ਕਿਆ ਮੇਰੀ ਤਕਦੀਰ ਤੂੰ ਮਹਿਬੂਬ ਮੇਰੇ ਮੈਂ ਕਿਉਂ ਨਾ ਤੁਮੇ ਪਿਆਰ ਕਰੂੰ ਤੁਮ ਹੀ ਤੋ ਮੇਰੀ ਦੁਨੀਆ ਹੋ ਮੈਂ ਕਿਉਂ ਨਾ ਇਕਰਾਰ ਕਰੂੰ ਮੇਰਾ ਪਿਆਰ ਯਾਦ ਰੱਖਣਾ ਤੁਮ ਹੀ ਹੋ ਮਹਿਬੂਬ ਮੇਰੇ ਵਿਛੜ ਚੁੱਕੇ ਨੇ ਅੱਲਾਹ ਤਾਲਾ ਉਹਨਾਂ ਨੂੰ ਜਿਹੜੀ ਚੀਜ਼ ਆਈ ਹੈ ਉਹਨੇ ਫਨਾ ਹੋਣਾ ਬਿਲਕੁਲ ਯਕੀਨਨ ਜੀ ਅਸੀਂ ਇਸ ਯੂਨੀਵਰਸਲ ਨੂੰ ਡਿਡਾਈ ਨਹੀਂ ਸਕਦੇ ਇਮਾਨ ਹੈ ਅੱਛਾ ਪਤਾ ਕੀ ਮੈਂ ਮੇਰੀ ਐਵੇਂ ਸੋਚ ਜੀ ਹੈਗੀ ਹੈ ਕਿ ਜਿਹੜੇ ਨੇਕ ਲੋਕ ਹੁੰਦੇ ਨੇ ਨਾ ਜੀ ਉਹ ਦੁਨੀਆਂ ਤੋਂ ਪਰਦਾ ਕੱਢਦੇ ਨੇ ਸਿਰਫ ਤੇ ਉਹ ਸਾਡੀ ਗੱਲਾਂ ਸੁਣ ਰਹੇ ਹੁੰਦੇ ਨੇ ਕਿਉਂਕਿ ਆਲਮੇ ਬਰਗਸ ਦੇ ਵਿੱਚ ਉਹਨਾਂ ਦੀ ਰੂਹਾਂ ਜਿਹੜੀਆਂ ਨੇ ਜਿਹੜੇ ਫਿਰਦੀਆਂ ਨੇ ਨਾ ਤੇ ਫਿਰ ਉਹ ਇਨਸਾਨ ਉਹਨਾਂ ਨੂੰ ਯਾਦ ਕਰੇ ਨਾ ਤੇ ਉਹ ਆ ਵੀ ਜਾਂਦੀਆਂ ਨੇ ਕਿਸੇ ਲਿਖਾ ਵਿੱਚ ਵੀ ਆ ਜਾਂਦਾ ਮੈਂ ਤੁਹਾਨੂੰ ਬੜਾ ਇੱਕ ਸੱਚਾ ਵਾਕਿਆ ਤੁਹਾਨੂੰ ਦੱਸਣਾ ਵਾ ਕਿ ਮੈਂ ਮੇਰਾ ਸਕੂਲ ਆਫ ਥਾਟ ਮੁਹੰਮਦ ਰਫੀ ਸਾਹਿਬ ਸਨ
ਤੁਸੀਂ ਯਕੀਨ ਕਰੋਗੇ ਅੱਲਾ ਜਾਣਦਾ ਹੈ ਕਿਉਂਕਿ ਮੈਂ ਇਹਦੀ ਕਮਾਈ ਖਾਂਦਾ ਨਾ, ਮੈਂ ਝੂਠ ਨਹੀਂ ਬੋਲਦਾ, ਕਿ ਮੈਂ ਇੰਨਾ ਕੁ ਜਨੂਨੀ ਹੋ ਗਿਆ ਸਾਂ, ਇੰਨਾ ਕੁ ਜਨੂਨੀ ਹੋ ਗਿਆ ਸਾਂ ਕਿ ਰਫੀ ਸਾਹਿਬ ਦਾ ਜਦੋਂ ਇੰਤਕਾਲ ਹੋਇਆ ਨਾ, ਅਤੇ ਉਸ ਤੋਂ ਬਾਅਦ ਹਾਲਾਂਕਿ ਮੈਂ ਉਹਨਾਂ ਨੂੰ ਮਿਲਿਆ ਸੀ ਜਾ ਕੇ, ਮੈਂ ਸ਼ਾਗਿਰਦ ਵੀ ਹੋਇਆ ਸੀ ਉਹਨਾਂ ਦਾ, ਅਤੇ ਮੈਂ ਉਹਨਾਂ ਨੂੰ ਬੜਾ ਯਾਦ ਕਰਦੇ ਰੋਣਾ ਬੜਾ ਸਾਂ। ਅਤੇ ਇੱਕ ਦਿਨ ਮੈਨੂੰ ਖਾਬ ਵਿੱਚ ਮਿਲ ਗਏ ਰਫੀ ਸਾਹਿਬ, ਮੈਂ ਉਦੋਂ ਉਹਦੇ ਫਿਲਮ ਇੰਡਸਟਰੀ 'ਚ ਨਹੀਂ ਸੀ ਆਇਆ, ਅਤੇ ਮੈਨੂੰ ਕਹਿੰਦੇ ਨੇ ਆ ਕੇ, ਯਾਰ ਤੂੰ ਕਿਉਂ ਨਾਰਾਜ਼ ਹੋਣਾ, ਕਿਉਂ ਰੋਣਾ ਪਿਆ ਪੁੱਤਰ, ਤੂੰ ਇਸ ਤਰ੍ਹਾਂ ਕਰ ਕਿ ਤੂੰ ਇਹ ਕਰਿਆ ਕਰ, ਇਹ ਕਰਿਆ ਕਰ, ਇਹ ਕਰਿਆ ਕਰ, ਤੇਰੇ ਕੋਲ ਤੇਰੇ ਵਾਲਦ ਸਾਹਿਬ ਹੈਗੇ ਨੇ, ਅਤੇ ਤੂੰ ਉਹਨਾਂ ਦੀ ਖਿਦਮਤ ਕਰ ਪੁੱਤਰ, ਅਤੇ ਤੂੰ ਵੀ ਨਾ ਹੈਗਾ, ਤੂੰ ਘਬਰਾ ਨਾ, ਪਰੇਸ਼ਾਨ ਨਾ। ਯਾਨੀ ਮੈਨੂੰ ਉਹਨਾਂ ਨੇ ਯਕੀਨ ਕਰੋ ਕਿ ਮੈਨੂੰ, ਮੈਂ ਖਾਬ ਦੇ ਵਿੱਚ ਸੋਚ ਹੀ ਪੈ ਰਿਹਾ, ਜਦੋਂ ਮੈਂ ਸਵੇਰੇ ਸੁੱਤਾ ਪਿਆ ਉੱਠਿਆ, ਤਾਂ ਮੈਂ ਆਪਣੇ ਅੱਬਾ ਜੀ ਨੂੰ ਖਾਬ ਸੁਣਾਈ, ਅਤੇ ਮੇਰੇ ਅੱਬਾ ਜੀ ਨੇ ਮੇਰੀ ਗੱਲ ਨੂੰ ਸੈਕਿੰਡ ਕੀਤਾ, ਉਹਨੇ ਕਿਹਾ ਪੁੱਤਰ, ਇਹ ਜਿਹਨਾਂ ਨੂੰ ਬੰਦਾ ਜਨੂਨ ਦੀ ਹੱਦ ਤੱਕ ਪਿਆਰ ਕਰਦੇ, ਉਹ ਕਰੀਬ ਹੁੰਦੇ ਨੇ ਹਰ ਵੇਲੇ ਬੰਦੇ ਦੇ, ਉਹ ਯਕੀਨ ਕਰੋਗੇ। ਫਿਰ ਮੈਂ ਬੜਾ ਹੀ ਖੁਸ਼ ਹੋਇਆ ਉਸ ਤੋਂ ਬਾਅਦ, ਫਿਰ ਮੇਰੀ ਇੱਕ ਦੋ ਵਾਰੀ ਐਸਾ ਮੇਰੇ ਨਾਲ ਚਾਂਸ ਹੋਇਆ, ਫਿਰ ਨਹੀਂ ਉਸ ਹੋਇਆ, ਮੈਂ ਝੂਠ ਬੋਲਿਆ। ਲੇਕਿਨ ਇਹ ਜ਼ਰੂਰ ਹੈਗਾ ਕਿ ਕਿਉਂਕਿ ਇੱਕ ਹਮਸਾਇਆ ਮੁਲਕ 'ਚ ਫਿਲਮ ਵੀ ਬਣੀ ਸੀ, ਅਤੇ ਉਹਦੇ ਵਿੱਚ ਇੱਕ ਮਤਲਬ ਬੰਦਾ ਉਹਨੂੰ ਸਿੰਗਰ ਬਣਨਾ ਚਾਹ ਰਿਹਾ ਹੋਵੇ, ਅਤੇ ਉਹ ਆਪਣੇ ਯਾਦ ਕਰ ਰਿਹਾ, ਆਪਣੇ ਗੁਰੂ ਨੂੰ ਯਾਦ ਕਰ ਰਿਹਾ, ਆਪਣੇ ਉਸਤਾਦ ਨੂੰ ਯਾਦ ਕਰ ਰਿਹਾ, ਅਤੇ ਉਹ ਉਸਤਾਦ ਦਾ ਆ ਕੇ ਉਹਨੂੰ ਦੱਸਦਾ ਵੇ ਅਤੇ ਸੁੱਤਾ ਹੁੰਦਾ, ਅਤੇ ਇਹ ਇੱਕ ਇਹ ਵਾਕਈ ਸਹੀ ਗੱਲ ਹੈਗੀ ਹੈ ਕਿ ਜਿਹਨੂੰ ਤੁਸੀਂ ਯਾਦ ਕਰੋ ਨਾ, ਉਹ ਤੁਹਾਨੂੰ ਜ਼ਰੂਰ ਮਿਲਦਾ ਕਿਸੇ ਨਾ ਕਿਸੇ ਹਵਾਲੇ ਦੇ ਨਾਲ। ਅਤੇ ਮਸੂਦ ਰਣਾ ਸਾਹਿਬ ਜਿਹੜੇ ਨੇ ਉਹ ਸਾਡੇ ਕੋਲ ਗਏ ਨਹੀਂ, ਸਾਡੇ ਕੋਲ ਹੀ ਨੇ, ਸਾਡੇ ਦਿਲਾਂ 'ਚ ਨੇ, ਉਹ ਸਾਡੇ ਦਿਲਾਂ 'ਚ ਵੱਸਦੇ ਰਹਿਣਗੇ ਆਪਣੇ ਫਨ ਦੇ ਹਵਾਲੇ ਦੇ ਨਾਲ, ਆਪਣੀ ਯਾਦਾਂ ਦੇ ਹਵਾਲੇ ਦੇ ਨਾਲ। ਅਤੇ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਕਫੀਲ ਸਾਹਿਬ, ਤੁਸੀਂ ਉਹਨਾਂ ਦੇ ਨਾਲ ਦੋਸਤ, ਉਹਨਾਂ ਦੇ ਅੱਜ ਤੁਸੀਂ ਸਾਡੇ ਕੋਲ ਤਜੀਬ ਲਿਆਏ, ਅਤੇ ਖਾਲਦ ਰਾਣਾ ਸਾਹਿਬ ਤੁਸੀਂ ਉਹਨਾਂ ਦੇ ਛੋਟੇ ਭਾਈ ਸਕੇ ਹੋ, ਅੱਲਾ ਪਾਕ ਤੁਹਾਨੂੰ ਵੀ ਜ਼ਿੰਦਗੀ ਦੇਵੇ ਮਾਲਕ। ਅਤੇ ਅੱਜ ਉਹਨਾਂ ਦੀ ਅਸੀਂ ਯਾਦ ਦੇ ਵਿੱਚ ਬੈਠੇ ਸਾਂ, ਅਤੇ ਸਾਡੇ ਪ੍ਰੋਗਰਾਮ ਦਾ ਜਿਹੜਾ ਟਾਈਮ ਹੈ ਉਹ ਚੁੱਕ ਕੇ ਬੜਾ ਇੱਕ ਛੋਟਾ ਜਿਹਾ ਸ਼ਾਰਟ ਜਿਹਾ ਪ੍ਰੋਗਰਾਮ ਹੈਗਾ ਸੀ, ਲੇਕਿਨ ਅਸੀਂ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਕਰ ਲਈਆਂ, ਅਤੇ ਬੜੀ ਖੁਸ਼ੀ ਹੋਈ। ਅੱਲਾ ਤਾਲਾ ਤੁਹਾਨੂੰ ਜ਼ਿੰਦਗੀ ਦੇਵੇ, ਔਰ ਸਾਡੇ ਫਨਕਾਰ ਮਸੂਦ ਰਾਣਾ ਸਾਹਿਬ, ਅੱਲਾ ਪਾਕ ਉਹਨਾਂ ਨੂੰ ਕਰਵਟ ਕਰਵਟ ਜਨਮ ਨਸੀਬ ਕਰੇ, ਮਾਲਿਕ ਆਪਣੇ ਜ਼ਮਾਨ 'ਚ ਰੱਖੇ, ਮਾਲਿਕ ਆਮੀਨ ਸੁਮਾ ਆਮੀਨ। ਅਸਲਾਮ ਅਲੈਕੁਮ। ਸੁਰ ਸਤਾਰੇ ਦੇ ਨਾਲ ਹੀ ਸਾਨੂੰ ਅਨਵਰ ਰਫੀ ਨੂੰ ਅਤੇ ਆਸਾ ਜੋਏ ਸਾਹਿਬ ਨੂੰ ਇਜਾਜ਼ਤ ਦਿਓ, ਇਨਸ਼ਾ ਅੱਲਾ ਤਾਲਾ ਅਗਲੇ ਹਫ਼ਤੇ ਫਿਰ ਮੁਲਾਕਾਤ, ਦੁਬਾਰਾ ਮੁਲਾਕਾਤ। ਅਸਲਾਮ ਅਲੈਕੁਮ, ਅੱਲਾ ਬੇਲੀ।